ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ ਜੀਰਾ ਸ਼ਰਾਬ ਫੈਕਟਰੀ ਹੋਏਗੀ ਬੰਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲਿਆ ਹੈ ਜੀਰਾ ਦੀ ਸ਼ਰਾਬ ਫੈਕਟਰੀ ਬੰਦ ਹੋਵੇਗੀ ਕਿਸਾਨਾਂ ਤੇ ਪਿੰਡ ਦੇ ਲੋਕ ਲੰਬੇ ਸਮੇਂ ਤੋਂ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਸੰਘਰਸ਼ ਕਰ ਰਹੇ ਸਨ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਪਰ ਕਸੂਤੀ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਤਾਵਰਨ ਤੇ ਧਰਤੀ ਹੇਠਲੇ ਪਾਣੀ ਦੇ ਦੁਸ਼ਤ ਹੋਣ ਦਾ ਹਵਾਲਾ ਦੇ ਕੇ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਫੈਸਲਾ ਲਿਆ ਹੈ ਮਾਮਲਾ ਸਨਵਾਈ ਦੇ ਲਈ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਇਹ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ਆਪੂ ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਇਸ ਕਰਕੇ ਕਾਨੂੰਨੀ ਮਾਰਾ ਨਾਲ ਸਲਾਹ ਕਰਨ ਤੋਂ ਬਾਅਦ ਲੋਕ ਹਿੱਤ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਮੈ ਜੀਰਾ ਸ਼ਰਾ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਭਵਿਕ ਵਿੱਚ ਵੀ ਜੇ ਕੋਈ ਵਾਤਾਵਰਨ ਵਿਗਾੜਨ ਦੀ ਕੋਸ਼ਿਸ਼ ਕਰੇਗਾ ਬਖਸ਼ਿਆ ਨਹੀਂ ਜਾਵੇਗਾ ਅੱਜ ਬੰਦ ਰਹਿਣਗੇ ਪੰਜਾਬ ਦੇ ਕਾਲਜ ਹੁਣ ਇਸ ਦਿਨ ਹੋਵੇਗੀ 18 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਤ ਸਰ ਅਧੀਨ ਆਉਂਦੇ ਸਮੂਹ ਸਰਕਾਰੀ ਗੈਰ ਸਰਕਾਰੀ ਅਤੇ ਡਿਗ ਸਕੂਲਾਂ ਕਾਲਜਾਂ ਦੇ ਪ੍ਰੋਫੈਸਰਾਂ ਨੇ ਬੀਤੇ ਦਿਨ ਪੇਪਰਾਂ ਦੀ ਚੈਕਿੰਗ ਦਾ ਕੰਮ ਠੱਪ ਕਰ ਰੱਖ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ 18 ਜਨਵਰੀ ਨੂੰ ਸੂਬੇ ਦੇ ਸਮੂਹ ਕਾਲਜਾਂ ਦੇ ਵਿੱਚ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਪੰਜਾਬ ਜੰਦੀਕੜ ਕਾਲਜ ਦੇ ਟੀਚਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਰਦਾਸਪੁਰ ਡਾਕਟਰ ਲਲਿਤ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਨਮਾਨੀ ਅਤੇ ਪੱਖਪਾਤੀ ਫੈਸਲੇ ਦੇ ਵਿਰੁੱਧ ਪੰਜਾਬ ਦੇ ਕਾਲਜ ਅਧਿਆਪਕਾਂ ਨੂੰ ਪਾਰੀ ਰੋਸ ਪਾਇਆ ਜਾ ਰਿਹਾ ਹੈ ਕਾਲਜ ਅਧਿਆਪਕ ਸਰਕਾਰ ਵੱਲੋਂ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ ਸੇਵਾ ਮੁਕਤੀ ਦੀ ਉਮਰ 60 ਸਾਲ ਦੀ ਥਾਂ 58 ਸਾਲ ਕਰਨ ਗ੍ਰਾਂਟ 75 ਫੀਸਦੀ ਦੀ ਥਾਂ 95 ਫੀਸਦੀ ਕਰਨ ਆਦ ਨਾਲ ਸੰਬੰਧਿਤ ਕਈ ਮਸਲੇ ਹੱਲ ਕਰਨ ਦੀ ਮੰਗ ਕਰ ਰਹੇ ਨੇ ਇਸ ਸੰਬੰਧੀ ਡਾਕਟਰ ਲਲਿਤ ਕੁਮਾਰ ਨੇ ਦੱਸਿਆ ਕਿ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਜ ਮੈਨੇਜਮੈਂਟ ਫੈਡਰੇਸ਼ਨ ਪ੍ਰਿੰਸੀਪਲ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਕਾਲਜੇਜ਼ ਟੀਚਰ ਯੂਨੀਅਨਾਂ ਤੇ ਅਨ-ਏਡੇਟਡ ਪ੍ਰਾਈਵੇਟ ਕਾਲਜਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਲੁਧਿਆਣਾ ਵਿੱਚ ਸਾਂਝੀ ਮੀਟਿੰਗ ਚੁੱਕ ਤਮੂਦਿਆਂ ਤੇ ਚਰਚਾ ਹੋਈ ਪੰਜਾਬ ਦੀਆਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਮਾਨ ਸਰਕਾਰ ਦੇਣ ਜਾਰੀ ਹੈ ਜਿ 1000 ਰੁਪਏ ਪ੍ਰਤੀ ਮਹੀਨਾ ਪਰ ਉਸ ਤੋਂ ਪਹਿਲਾਂ ਨੀਕੀ ਦੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸਰਕਾਰ ਵੱਲੋਂ ਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਕਰਨ ਵਾਲੀ ਆਪ ਸਰਕਾਰ ਜਲਦੀ ਹੀ ਆਪਣੀ ਦੂਜੀ ਗਾਰੰਟੀ ਪੂਰੀ ਕਰਨ ਜਾ ਰਹੀ ਹੈ ਜੀ ਹਲਕਾ ਦੱਖਣੀ ਤੋਂ ਵਿਧਾਇਕ ਅਰਜਿੰਦਰ ਪਾਲ ਕੌਰ ਸ਼ੀਨਾ ਨੇ ਇਸ ਬਾਰੇ ਅਹਿਮ ਜਾਣਕਾਰੀ ਦਿੱਤੀ ਸ਼ੀਨਾ ਨੇ ਕਿਹਾ ਕਿ ਆਪ ਸਰਕਾਰ ਜਨਤਾ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰੇਗੀ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਦੂਜੀ ਗਾਰੰਟੀ ਵੀ ਪੂਰੀ ਕਰ ਰਹੇ ਹਾਂ ਇਸ ਵਿੱਚ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤਾ ਜਾਣਾ ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜੂਦਾ ਤਿਆਰ ਕਰ ਦਿੱਤਾ ਜਾ ਚੁੱਕਾ ਹੈ ਜੀ ਦੱਸਦੀ ਹੈ ਕਿ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਇਸ ਨੂੰ ਮਹੱਤਵਪੂਰਨ ਚੋਣਵੀ ਮੁੱਦਾ ਬਣਾਉਂਦੇ ਹੋਏ ਵਾਰਡ ਪੱਤਰ ਤੇ ਆਪਣੇ ਵਰਕਰਾਂ ਤੇ ਉਮੀਦਵਾਰਾਂ ਤੋਂ ਔਰਤਾਂ ਦੇ ਫਾਰਮ ਵੀ ਪ੍ਰਾਪਾਇੇ ਸਨ ਹਾਈ ਟੈਕ ਸੁਖਬੀਰ ਬਾਦਲ ਦੀ ਪਾਰਟੀ ਦੀ ਵੈਬਸਾਈਟ ਨਹੀਂ ਅਪਡੇਟ ਅਜੇ ਦੱਖ ਵੀ ਅਜੇ ਤੱਕ ਵੀ ਦਿਖਾ ਰਹੀ ਆ ਪੁਰਾਣੇ ਵੇਰਵੇ ਤੇ ਪੰਜਾਬ న్యూਸ ਆ ਜੀ ਕਿਸਾਨਾਂ ਤੇ ਨਹੀਂ ਪਾਏਗੀ ਨਕਲੀ ਬੀਜਾਂ ਦੀ ਮਾਰ ਪੰਜਾਬ ਸਰਕਾਰ ਵੱਲੋਂ ਮੋਬਾਈਲ ਐਪ ਬੀਜ ਲਾਂਚ ਸੋ ਵੱਡੀ ਖਬਰ ਆ ਜੀ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਭਲਾਈ ਦੇ ਲਈ ਮੋਬਾਈਲ ਐਪ ਬੀਜ ਲਾਂਚ ਕੀਤੀ ਆ ਜੋ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਣ ਕਿ ਉਹਨਾਂ ਵੱਲੋਂ ਖਰੀਦਿਆ ਗਿਆ ਬੀਜ ਮਨਜ਼ੂਰਸ਼ੁਦਾ ਹੈ ਜਾਂ ਨਹੀਂ ਇਸ ਐਪ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਥਾਲੀਵਾਲ ਨੇ ਲਾਂਚ ਕੀਤਾ ਉਹਨਾਂ ਨੇ ਕਿਹਾ ਜੀ ਸੂਬੇ ਦੇ ਕਿਸਾਨ ਉਤਪਾਦਕਾਂ ਨੂੰ ਗੈਰ ਮਨਜ਼ੂਰਸ਼ੁਦਾ ਬੀਜ ਖਰੀਦ ਕੇ ਭਾਰੀ ਨੁਕਸਾਨ ਚੱਲਣਾ ਪਿਆ ਤੇ ਇਸ ਤੋਂ ਬਚਣ ਲਈ ਸਰਕਾਰ ਨੇ ਇਸ ਐਪ ਨੂੰ ਲਾਂਚ ਕੀਤਾ ਹੈ ਮੰਤਰੀ ਥਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖਰੀਦ ਲਈ ਬਣਾਈ ਗਈ ਐਪ ਹੈ ਸਿਰਫ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਲੀਡਰ ਹੀ ਡੀਲਰ ਹੀ ਬੀਜ ਵੇਚ ਸਕਣਗੇ ਪੰਜਾਬ ਦੇ ਕਿਸਾਨਾਂ ਨਾਲ ਹੁਣ ਨਕਲੀ ਬੀਜਾਂ ਦੀ ਧੋਖਾ ਤੜੀ ਨਹੀਂ ਹੋਵੇਗੀ ਮੁੱਖ ਮੰਤਰੀ ਮਾਨ ਦੇ ਹੱਕ ਦਾ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਵੱਡਾ ਐਲਾਨ ਸੋਨ ਤਗਮਾ ਜਿੱਤਣ ਵਾਲੇ ਹਰੇਕ ਖਿਡਾਰੀ ਨੂੰ ਦੇਵਾਂਗੇ 80 ਲੱਖ ਭਾਰਤ ਵਿੱਚ ਹੋ ਰੇ ਹਾਕੀ ਵਿਸ਼ਵ ਕੱਪ 2023 ਦੀਆਂ ਮੇਜਬਾਨ ਟੀਮਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਗਾਜ਼ ਕੀਤਾ ਭਾਰਤ ਨੇ ਪਹਿਲੇ ਮੈਚ ਵਿੱਚ ਸਪੇਨ ਨੂੰ ਹਰਾ ਕੇ ਸ਼ੁਰੂਆਤ ਕੀਤੀ ਇੰਗਲੈਂਡ ਨਾਲ ਮੈਚ ਬਰਾਬਰੀ ਉੱਪਰ ਰਿਹਾ ਇਸ ਵਾਰ ਤੇ ਸਵਾਰ ਸੋਨ ਤਗਮੇ ਦਾ ਮਜਬੂਤ ਦਾਵੇਦਾਰ ਮੰਨਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਵੱਲੋਂ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਵੱਡਾ ਐਲਾਨ ਕੀਤਾ ਉਹਨਾਂ ਨੇ ਪੰਜਾਬ ਦੇ ਹਰ ਖਿਡਾਰੀ ਨੂੰ ਜਿੱਤਣ ਉੱਪਰੋਂ 80 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਭਾਰਤੀ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਹਾਕੀ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਨੇ ਜੇਕਰ ਭਾਰਤੀ ਹਾਕੀ ਟੀਮ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਦੀ ਹੈ ਤਾਂ ਸਾਡੇ ਹਰੇਕ ਖਿਡਾਰੀ ਨੂੰ 80 ਲੱਖ ਰੁਪਏ ਨਾਮ ਦੇ ਵਜੋਂ ਦਿੱਤੇ ਜਾਣਗੇ। ਸੀਐਮ ਭਗਵੰਤ ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ ਸਾਨੂੰ ਨਸੀਹਤ ਦੇਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਮੈਨੂੰ ਮੁੱਖ ਮੰਤਰੀ ਪੰਜਾਬ ਦੀ ਜਨਤਾ ਨੇ ਬਣਾਇਆ ਜਦਕਿ ਚੰਨੀ ਨੂੰ ਮੁੱਖ ਮੰਤਰੀ ਰਾਹੁਲ ਗਾਂਧੀ ਨੇ ਬਣਾਇਆ ਸੀ ਭਗਵੰਤ ਮਾਨ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਜੀ ਤੁਸੀਂ ਪੰਜਾਬ ਚ ਪੁੱਠਾ ਸਿੱਧਾ ਨਾ ਬੋਲੋ ਤਾਂ ਹੀ ਚੰਗਾ ਹੈ ਮੈਨੂੰ ਮੁੱਖ ਮੰਤਰੀ ਪੰਜਾਬ ਦੀ ਜਨਤਾ ਨੇ ਬਣਾਇਆ ਸੀ ਚੰਨੀ ਜੀ ਨੂੰ। ਰਾਹੁਲ ਗਾਂਧੀ ਨੇ ਤੇ ਤੁਸੀਂ 2 ਮਿੰਟ ਚ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਤੱਕੇ ਪੈ ਰਹੇ ਨੇ ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ ਰਾਹੁਲ ਗਾਂਧੀ ਦੀ ਸੁਰੱਖਿਆ ਚ ਸੰਨ ਭਾਰਤ ਜੋੜੋ ਯਾਤਰਾ ਦੌਰਾਨ ਨੌਜਵਾਨ ਨੇ ਕੀਤੀ ਗਲੇ ਚ ਹਾਰ ਪਾਉਣ ਦੀ ਕੋਸ਼ਿਸ਼ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਸੁਰੱਖਿਆ ਚੁਲਾ ਪ੍ਰਵਾਈ ਦਾ ਮਾਮਲਾ ਸਾਹਮਣੇ ਆਇਆ ਜੀ ਹੁਸ਼ਿਆਰਪੁਰ ਜੂ ਭਾਰਤ ਜੋੜੋ ਯਾਤਰਾ ਦੌਰਾਨ ਇੱਕ ਵਿਅਕਤੀ ਨੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਜਫੀ ਪਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਕੇ ਹਟਾ ਦਿੱਤਾ 150 ਟੀਚਰਸ ਨਹੀਂ ਆ ਰਹੇ ਲੈਨ ਆਪਣਾ ਜੁਆਇਨਿੰਗ ਲੈਟਰ ਸਿੱਖਿਆ ਵਿਭਾਗ ਨੇ ਦਿੱਤਾ ਆਖਰੀ ਮੌਕਾ ਇੱਕ ਪਾਸੇ ਸਰਕਾਰੀ ਨੌਕਰੀਆਂ ਲਈ ਨੌਜਵਾਨਾਂ ਚ ਹੋੜ ਲੱਗੀ ਆ ਪਰ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਟੀਚਰਜ਼ ਦੇ ਤੌਰ ਤੇ ਭਰਤੀ ਕੀਤੇ ਗਏ 150 ਟੀਚਰ ਆਪਣੇ ਨਿਯੁਕਤੀ ਪੱਤਰ ਵੀ ਨਹੀਂ ਲੈਣ ਆ ਰਹੇ ਸਿੱਖਿਆ ਵਿਭਾਗ ਨੇ ਸਾਰਿਆਂ ਦੇ ਆਪ ਕਾਨੂੰਨੀ ਜਨਵਰੀ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਸਮੇਂ ਨਿਯੁਕਤੀ ਪੱਤਰ ਲੈਣ ਲਈ ਨਹੀਂ ਆਉਂਦੇ ਤਾਂ ਉਹਨਾਂ ਦੀ ਚੋਣ ਰੱਦ ਕਰ ਦਿੱਤੀ ਜਾਵੇਗੀ ਤੇ ਅਸਾਮੀ ਨੂੰ ਖਾਲੀ ਕਰ ਦਿੱਤਾ ਜਾਵੇਗਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖਿਲਾਫ ਹੋਵੇਗਾ ਦਰਜ ਪਰਚਾ ਖੰਨਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਚੋਂ 2 ਦਿਨਾਂ ਦੌਰਾਨ ਹੀ ਚਾਈਨਾ ਡੋਰ ਨਾਲ ਲਗਾਤਾਰ ਹੋ ਰਹੀਆਂ ਘਟਨਾਵਾਂ ਵਮਗਰੋਂ ਐਸਐਸਪੀ ਨੇ ਸਖਤ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਹਦਾਇਤ ਕੀਤੀ ਗਈ ਹੈ ਜੇਕਰ ਚਾਈਨਾ ਡੋਰ ਨਾਲ ਬੱਚੇ ਪਤੰਗ ਉਡਾਉਂਦੇ ਫੜੇ ਗਏ ਤਾਂ ਮਾਪੇ ਬਰਾਬਰ ਦੇ ਪਾਈਵਾਲ ਮੰਨੇ ਜਾਣਗੇ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ ਬਕਾਇਦਾ ਐਸਡੀ ਮੁੰਦਾਤੀ ਵਾਲੇ ਵੀ ਇਲਾਕੇ ਚ ਪੁਲਿਸ ਕਾਰਵਾਈ ਜਾਰੀ ਆ ਸੋ ਤਾਂ ਜੋ ਕਿਸੇ ਤਰੀਕੇ ਚਾਈਨਾ ਡੋਰ ਨੂੰ ਨੱਥ ਪਾਈ ਜਾ ਸਕੇ ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਇਲਾਕਿਆਂ 'ਚੋਂ ਛਾਪੇਮਾਰੀ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਥਾਵਾਂ ਤੇ ਛਾਪੇਮਾਰੀ ਕਰਕੇ 8 ਗੱਟੂ ਬਰਾਮਦ ਕੀਤੇ ਨੇ ਪੰਜਾਬ ਬੰਪਰ ਲਾਟਰੀ ਰਿਜ਼ਲਟ 2023 ਦਾ ਨਿਕਲਿਆ 5 ਕਰੋੜ ਦਾ ਇਨਾਮ ਪੰਜਾਬ ਵਿੱਚ ਲੋੜੀ ਵਾਲੇ ਦਿਨ ਬਹੁਤ ਸਾਰੀਆਂ ਲਾਟਰੀਆਂ ਟਿਕਟਾਂ ਜਾਰੀ ਕੀਤੀਆਂ ਜਾਂਦੀਆਂ ਨੇ ਲੋਕਾਂ ਨੂੰ ਕਰੋੜਾਂ ਦੇ ਨਾਮ ਮਿਲੇ ਨੇ ਇਸ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਜੇਕਰ ਤੁਸੀਂ ਵੀ ਲਾਟਰੀ ਟਿਕਟ ਲਈ ਹੈ ਤਾਂ ਤੁਸੀਂ ਆਪਣਾ ਲਾਟਰੀ ਟਿਕਟ ਨੰਬਰ ਚੈੱਕ ਕਰ ਸਕਦੇ ਹੋ ਪੰਜਾਬ ਸਟੇਟ ਡੀਅਰ ਲੋੜੀ ਮਕਰ ਸੰਕ੍ਰਾਂਤੀ ਵਿੰਪਰ 2023 ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਰਾਜ ਲਾਟਰੀਜ਼ ਡਾਇਰੈਕਟੋਰੇਟ ਵੱਲੋਂ ਕੱਢੀ ਗਈ ਲਾਟਰੀ ਵਿੱਚ 45 46 06 ਨੰਬਰ ਦਾ 5 ਕਰੋੜ ਦਾ ਇਨਾਮ ਨਿਕਲਿਆ ਹੈ ਸੀਮੈਂਟ ਤੇ ਸਰੀਏ ਦੀਆਂ ਕੀਮਤਾਂ ਘਟੀਆਂ ਘਰ ਬਣਾਉਣ ਦਾ ਵਧੀਆ ਮੌਕਾ ਹਰ ਕੋਈ ਆਪਣਾ ਘਰ ਬਣਾਉਣਾ ਚਾਹੁੰਦਾ ਪਰ ਮੰਗਿਆਈ ਦੇ ਚੱਲਦੇ ਹੋਏ ਜੇਬ ਤੋਂ ਬਾਹਰ ਦਾ ਖਰਚਾ ਦਿਖਦਾ ਇਸ ਲਈ ਬਹੁਤ ਸਾਰੇ ਲੋਕ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ ਜੇਕਰ ਤੁਹਾਡੇ ਕੋਲੇ ਆਪਣੀ ਜਗ੍ਹਾ ਤਾਂ ਤੁਸੀਂ ਆਪਣਾ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵਧੀਆ ਸਮਾਂ ਕਿਉਂਕਿ ਘਰ ਬਣਾਉਣ ਲਈ ਸਭ ਤੋਂ ਜ਼ਰੂਰੀ ਹੁੰਦਾ ਸੀਮੈਂਟ ਸਰੀਆ ਜੋ ਘਰ ਬਣਾਉਣ ਤੇ ਖਰਚ ਵਿੱਚ ਸਭ ਤੋਂ ਵੱਡਾ ਹਿੱਸਾ ਰੱਖਦਾ ਹੈ ਸੋ ਇਸ ਸੀਮਿੰਟ ਅਤੇ ਸਰੀਏ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਆ ਚੁੱਕੀ ਹੈ। ਸਰੀਏ ਦੀਆਂ ਕੀਮਤਾਂ 'ਚ 40% ਦੀ ਕਮੀ ਆਈ ਹੈ ਘਰ ਬਣਾਉਣ ਦੀ ਲਾਗਤ 'ਤੇ ਸਿੱਧਾ ਅਸਰ ਪਿਆ ਹੈ। ਇਹ ਬਹੁਤ ਹੱਦ ਤੱਕ ਘਟ ਹੋ ਜਾਵੇਗੀ। 10ਵੀਂ ਪਾਸ ਨੌਜਵਾਨਾਂ ਲਈ ਰੇਲਵੇ 'ਚ ਨਿਕਲੀ ਬੰਪਰ ਭਰਤੀ 4103। ਅਸਾਮੀਆ ਲਈ ਇੰਜ ਕਰੋ ਅਪਲਾਈ ਰੇਲਵੇ ਵਿੱਚ ਭਰਤੀ। ਹੋਣ ਦੇ ਚਾਵਣ ਨੌਜਵਾਨ ਲਈ ਵਧੀਆ ਮੌਕਾ ਹੈ ਜੀ ਰੇਲਵੇ ਚ 4103 ਅਸਾਮੀਆਂ ਤੇ ਬੰਪਰ ਭਰਤੀ ਕੀਤੀ ਜਾ ਰਹੀ ਹੈ ਜੀ ਇਸ ਦੇ ਲਈ 24 ਸਾਲ ਤੱਕ ਦੇ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਨੇ ਇਹਨਾਂ ਅਸਾਮੀਆਂ ਲਈ ਉਮੀਦਵਾਰ ਰੇਲਵੇ ਦੇ ਅਧਿਕਾਰਤ ਵੈਬਸਾਈਟ ਤੇ ਜਾ ਕੇ 29 ਜਨਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਦੇ 10ਵੀਂ ਦੇ ਅੰਕਾਂ ਦੇ ਆਧਾਰ ਤੇ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ rrccr.com ਤੇ ਕਲਿੱਕ ਕਰੋ ਇਸ ਤੋਂ ਬਾਅਦ ਹੋਮ ਪੇਜ ਤੇ ਅਪਰੈਂਟਿਸ ਭਰਤੀ ਦੇ ਲਿੰਕ ਤੇ ਕਲਿੱਕ ਕਰੋ ਖਬਰ ਅਮਰੀਕਾ ਤੋਂ ਆ ਰਹੀ ਹੈ ਜਿੱਥੇ ਗੁਰਦੁਆਰੇ ਤੇ ਹਮਲਾ ਖਿੜਕੀਆਂ ਭੰਨੀਆਂ ਲਾਈਟਾਂ ਤੋੜੀਆਂ 2 ਮਹੀਨੇ ਦੇ ਵਿੱਚ ਚੌਥੀ ਘਟਨਾ ਜੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪੰਨ ਤੋੜ ਦੀ ਖਬਰ ਸਾਹਮਣੇ ਆਈ ਹੈ ਜੀ ਘਟਨਾ ਚਾਰ ਲੋਟ ਦੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਦੀ ਅੱਜ ਜਾਣਕਾਰੀ ਮੁਤਾਬਕ ਖੁਸ਼ਕਿਸਮਤੀ ਨਾਲ ਹਮਲੇ ਵੇਲੇ ਉੱਥੇ ਕੋਈ ਨਹੀਂ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼ਰਾਰਤੀ ਅਨਸਰਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਖਿੜਕੀਆਂ ਭੰਨ ਦਿੱਤੀਆਂ ਗਈਆਂ ਲਾਈਟਾਂ ਤੋੜ ਦਿੱਤੀਆਂ ਗਈਆਂ ਸੁਰੱਖਿਆ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਯੂਨਾਈਟਿਡ ਸਿਕਨੈਸ ਕੜਨਾ ਦੀ ਸਖਤ ਨਕੇਦੀ ਕਰਦੇ ਆ ਕਿ ਕੜਨਾ ਨੇ ਪਾਈਚਾਰੇ ਨੂੰ ਚੁੰਜੋੜ ਕੇ ਰੱਖ ਦਿੱਤਾ ਹੈ ਯੂਨਾਈਟਿਡ ਸਿਕਸ ਦੀ ਜਸਲੀਨ ਕੌਰ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਵਿੱਚ ਗੁਰਦੁਆਰਾ ਸਾਹਿਬ ਚੋਂ ਪੰਨ ਤੋੜਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਅਮਰੀਕਾ ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਨਫ਼ਰਤ ਕਰ ਰਹੇ ਨੇ ਹਰਮਿਤ ਟਲੋ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰ ਵੀ ਮੈਂ ਦੀ ਚੋਣ ਲੜ ਰਹੀ ਉੱਗੀ ਭਾਰਤੀ ਅਮਰੀਕੀ ਅਟਾਰਨੀ ਹਰਮਿਤ ਟਲੋ ਨੇ ਦੋਸ਼ ਲਾਇਆ ਕਿ ਸਿੱਖ ਧਰਮ ਦੇ ਕਾਰਨ ਉਸਤੇ ਹੀ ਪਾਰਟੀ ਦੇ ਸਾਥੀ ਆਗੂ ਦੀ ਨਾਫਰਤ ਦਾ ਸ਼ਿਕਾਰ ਹੋ ਰਹੀ ਹੈ ਜੀ ਇਸ ਸਭ ਦੇ ਬਾਵਜੂਦ ਪਿੱਛੇ ਨਹੀਂ ਹਟੇਗੀ ਤੇ ਸਿਖਰਲੇ ਸਥਾਨ ਦੀ ਦੌੜ ਵਿੱਚ ਪ੍ਰਕਾਰ ਰਹੇਗੀ 54 ਸਾਲਾ ਟਲੋ ਸਾਬਕਾ ਕੈਲੀਫੋਰਨੀਆ ਰਿਪਲ ਰਿਬਲਿੰਕਨ ਪਾਰਟੀ ਦੀ ਕੋਚੇਰ ਹੈ ਪੰਜਾਬ ਦੇ 1700 ਪਿੰਡਾਂ ਲਈ 1936 ਕਰੋੜ ਰੁਪਏ ਦਾ ਨਹਿਰੀ ਪਾਣੀ ਦੇ ਆਧਾਰ ਪ੍ਰੋਜੈਕਟਾਂ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਲਈ 1700 ਪਿੰਡਾਂ ਲਈ 1963 ਕਰੋੜ ਰੁਪਏ ਦੇ ਪਾਣੀ ਦੀ ਨਹਿਰੀ ਪਾਣੀ ਦੇ ਆਧਾਰ ਪ੍ਰੋਜੈਕਟ ਰੰਬੇ ਗਣੇਨਾਂ ਚੋਂ 578 ਕਰੋੜ ਰੁਪਏ ਦੇ ਪ੍ਰੋਜੈਕਟ ਸਿਰਫ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਲਈ ਦੇਤੇ ਰਾਸ਼ੀਓ ਬੂਰ ਬੱਲੂਆਣਾ ਖੂਹੀਆਂ ਸਰਵਰ ਖੇਤਰਾਂ ਦੇ ਵਿੱਚ ਖਰਚ ਕੀਤੀ ਜਾਵੇਗੀ ਜਲ ਸਪਲਾਈ ਅਤੇ ਸੈਨੀਟੇਸ਼ਨ ਮంత్రి ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਹੰਬਲੇ ਮਾਰ ਰਹੀ ਹੈ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕਈ ਪ੍ਰੋਜੈਕਟ ਉਲੀਕੇ ਗਏ ਹਨ ਜੰਮੂ ਕਸ਼ਮੀਰ ਵਿੱਚ ਰਾਹੁਲ ਗਾਂਧੀ ਨੂੰ ਖਤਰਾ ਸੁਰੱਖਿਆ ਏਜੰਸੀਆਂ ਦੀ ਚੇਤਾਵਨੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕੁਝ ਹੀ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਪਹੁੰਚਣ ਵਾਲੀ ਹੈ ਤੇ ਇਸ ਦੌਰਾਨ ਸੁਰੱਖਿਆ ਏਜੰਸੀਆਂ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਲੱਟ ਜਾਰੀ ਕੀਤਾ ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਰਾਹੁਲ ਗਾਂਧੀ ਨੂੰ ਜੰਮੂ ਕਸ਼ਮੀਰ ਵਿੱਚ ਪੈਦਲ ਨਾ ਚੱਲਣ ਦੀ ਸਲਾਹ ਦਿੱਤੀ ਹੈ ਸੀਨੀਅਰ ਅਧਿਕਾਰੀਆਂ ਮੁਤਾਬਕ ਰਾਹੁਲ ਗਾਂਧੀ ਦੀ ਸੁਰੱਖਿਆਤ ਰੱਖਣ ਲਈ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ ਜੀ ਪੈਦਲ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਰਾਹੁਲ ਗਾਂਧੀ ਦੀ ਜੰਮੂ ਕਸ਼ਮੀਰ ਚ ਪੈਦਲ ਜਾਣ ਦੀ ਬਜਾਏ ਕਾਰ ਰਾਹੀਂ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ ਨਸ਼ੇ ਦੀ ਓਵਰਡੋਜ਼ ਨਾਲ 15 ਸਾਲਾ ਲੜਕੇ ਦੀ ਮੌਤ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਵੈਰੋਵਾਲ ਦੇ ਅਧੀਨ ਪੈਂਦੇ ਪਿੰਡ ਅਲੋਵਾਲ ਚ ਨਸ਼ੇ ਦੀ ਓਵਰਡੋਜ਼ ਨਾਲ ਅਰਸ਼ਪ੍ਰੀ ਸਿੰਘ ਪੁੱਤਰ ਬਲਵਿੰਦਰ ਸਿੰਘ ਉਮਰ 15 ਸਾਲ ਲੜਕੇ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਸ਼ਪ੍ਰੀ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ आदी ਸੀ ਕੱਲ ਕਿਸੇ ਘਰੇਲੂ ਕੰਮ ਲਈ ਗਿਆ ਸੀ ਤੇ ਆਪਣੇ ਦੋਸਤ ਨਾਲ ਮਿਲ ਕੇ ਨਸ਼ੇ ਆਕ੍ਰਿਤ ਕੇ ਟੀਕਾ ਲਾ ਲਿਆ ਤੇ ਉਸ ਦੀ ਹਾਲਤ ਖਰਾਬ ਹੋ ਗਈ ਸਰਕਾਰ ਨੂੰ ਬੰਦ ਕਰਨਾ ਪਿਆ ਰਜਿਸਟਰੀਆਂ ਵਾਲਾ ਪੋਰਟਲ ਖਾਤਿਆਂ 'ਚੋਂ ਲਗਾਤਾਰ ਹੋ ਰੀਆਂ ਸਨ ਚੋਰੀਆਂ ਰਜਿਸਟਰੀ ਦੀ ਨਕਲ ਦੇਣ ਵੇਲੇ ਆਈਡੀ ਤੇ ਨਕਾਬ ਵਾਲੀ ਮੋਹਰ ਲਾਉਣ ਕਾਰਗਰ ਨਹੀਂ ਹੋਇਆ ਸਰਕਾਰ ਨੂੰ ਮਜਬੂਰਨ jama bandi.nic.in ਪੋਰਟਲ ਨੂੰ ਬੰਦ ਕਰਨ ਦੀ ਮਜਬੂਰ ਹੋਣਾ ਪਿਆ ਕਿਉਂਕਿ ਰਜਿਸਟਰੀ ਹੋਣ ਤੋਂ ਬਾਅਦ ਛਾਤਰ ਪੋਰਟਲ ਤੋਂ ਆਧਾਰ ਕਾਰਡ ਪੈਨ ਕਾਰਡ ਅਤੇ ਅੰਗੂਠੇ ਦਾ ক্লোਨ ਬਣਾ ਕੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਚੋਰੀ ਕਰ ਰਹੇ ਸਨ ਰਜਿਸਟਰੀ ਤੋਂ ਬਾਅਦ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਚੁਰਾਉਣ ਦੀ ਖੇਡ 6 ਮਹੀਨੇ ਤੋਂ ਚੱਲ ਰਹੀ ਸੀ ਜਿਵੇਂ ਹੀ ਲੋਕ ਰਜਿਸਟਰੀ ਕਰਵਾਉਂਦੇ 1-2 ਦਿਨਾਂ ਬਾਅਦ ਉਹਨਾਂ ਦੇ ਖਾਤੇ 'ਚੋਂ ਪੈਸੇ ਨਿਕਲਣ ਲੱਗੇ ਰਜਿਸਟਰੀ ਹੁਣ ਮਗਰੋਂ ਪੋਰਟਲ ਤੇ ਪ੍ਰਾਪਰਟੀ ਵੇਚਣ ਤੇ ਖਰੀਦਣ ਵਾਲੇ ਦੋਵਾਂ ਦੀ ਆਈਡੀ ਪੂਰੀ ਤਰ੍ਹਾਂ ਸ਼ੋਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਧਾਰ ਕਾਰਡ ਨੰਬਰ ਪੈਨ ਕਾਰਡ ਤੇ ਅੰਗੂਠੇ ਲੱਗਦੇ ਨੇ ਰਜਿਸਟਰੀ ਵਿੱਚ ਅੰਗੂਠੇ ਦੇ ਨਿਸ਼ਾਨ ਜ਼ਰੂਰੀ ਹੋਣ ਕਾਰਨ ਇਹਨਾਂ ਦਾ ਕਲੋਨ ਤਿਆਰ ਕਰ ਰਹੇ ਨੇ ਤੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਕੱਢੇ ਜਾ ਰਹੇ ਨੇ ਸਾਈਬਰ ਸੈੱਲ ਦੇ ਆਈਓ ਨੇ ਦੱਸਿਆ ਕਿ ਬਦਮਾਸ਼ ਅੰਗੂਠੇ ਦਾ ਕਲੋਨ ਬਣਾ ਕੇ ਬਾਇਓਮੈਟ੍ਰਿਕਸ ਰਾਹੀਂ ਪੈਸੇ ਕਢਦੇ ਨੇ ਇਸ ਕਰ ਨੂੰ ਓਟੀਪੀ ਨਹੀਂ ਆਵੇਗਾ ਤੇ ਪੈਸੇ ਕਢਵਾ ਲਏ ਜਾਣਗੇ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਹਾਈਲਰਟਸ ਤੋਂ ਬੈਂਡ ਨਾ ਔਨ ਕਰ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਵਿਦੇਸ਼ਾਂ ਦੇ ਕਰੇਡਿਟ ਨੂੰ ਅੱਜਕੱਲ ਨੌਜਵਾਨਾਂ ਦੇ ਵਿੱਚ ਵਧਦਾ ਜਾ ਰਿਹਾ ਜੇ ਕਈ ਵਾਰ ਬਾਹਰ ਨਾ ਜਾ ਸਕਣ ਨੇ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਲੈਂਦੇ ਨੇ ਮਾਮਲਾ ਬਠਿੰਡਾ ਦੇ ਪਿੰਡ ਗਾਟ ਵਾਲੀ ਤੋਂ ਸਾਹਮਣੇ ਆਜਿਥੇ ਇੱਕ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਟੁੱਟਣ ਦੇ ਕਾਰਨ ਫਾਹ ਲੈ ਲਿਆ ਹੈ। ਆਨਲਾਈਨ ਪੇਮੈਂਟ ਕਰਨ ਵਾਲਿਆਂ ਲਈ ਅਹਿਮ ਖਬਰ ਹੋਣ ਇਸ ਦਿਨ ਸਿਰਫ ਇੰਨੇ ਹੀ ਭੇਜ ਸਕੋਗੇ ਪੈਸੇ UPI। ਟ੍ਰਾਂਜੈਕਸ਼ਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤੁਸੀਂ ਆਨਲਾਈਨ ਭੁਗਤਾਨ ਕਰਦੇ ਹੋ ਤਾਂ ਵੱਡੀ ਮਾਤਰਾ ਜੋ ਪੈਸੇ ਟ੍ਰਾਂਸਫਰ ਕਰਦੇ ਹੋ ਤਾਂ ਬਹੁਤ ਮਹੱਤਵਪੂਰਨ ਹੈ ਤੁਸੀਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਨਿਯਮ ਅਤੇ ਸ਼ਰਤਾਂ ਬਾਰੇ ਜਾਣ ਲਓ ਦੱਸਦੀ ਹੈ ਕਿ ਆਨਲਾਈਨ UPI ਐਪ ਦੀ ਵਰਤੋਂ ਕਰਦੇ ਹੋ ਕੋਈ ਵੀ ਰਕਮ ਭੇਜੋ ਤੇ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਨੂੰ ਰਕਮ ਦੀ ਸੀਮਾ ਨਹੀਂ ਪਤਾ ਤਾਂ ਤੁਹਾਡਾ ਲੈਣ-ਦੇਣ ਪੂਰਾ ਨਹੀਂ ਹੋਵੇਗਾ ਐਨਪੀਸੀ ਆਈ ਦੁਆਰਾ ਪੈਸੇ ਲੈਣ-ਦੇਣ ਦਾ ਇੱਕ ਨਿਸ਼ਚਿਤ ਸੀਮਾ ਕੀਤੀ ਗਈ ਹੈ ਯੂਪੀਆਈ ਰਾਹੀਂ ਆਨਲਾਈਨ ਸਿਰਫ 25000 ਰੁਪਏ ਦੀ ਟ੍ਰਾਂਜੈਕਸ਼ਨ ਕਰ ਸਕਦੇ ਹੋ ਤੁਸੀਂ ਇੱਕ ਦਿਨ ਦੇ ਵਿੱਚ ਕਿੰਨਾ ਭੁਗਤਾਨ ਕਰ ਸਕਦੇ ਹੋ 1 ਲੱਖ ਰੁਪਏ ਹੀ ਭੇਜ ਸਕਦੇ ਹੋ ਲੁਧਿਆਣਾ ਚ ਪੁਲਿਸ ਨੇ ਪਸ਼ੂਆਂ ਨਾਲ ਭਰੇ ਟਰੱਕ ਫੜਿਆ ਤਿੰਨ ਗ੍ਰਿਫਤਾਰ ਸੋ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਪਸ਼ੂਆਂ ਦੇ ਨਾਲ ਭਰਿਆ ਹੋਇਆ ਟਰੱਕ ਕੋ ਫੜ ਲਿਆ ਗਿਆ ਹੈ ਤੇ ਜਿਸ ਦੇ ਵਿੱਚੋਂ ਤਿੰਨ ਜਣੇ ਉਤਰ ਕੇ ਫਰਾਰ ਹੋ ਗਏ ਨੇ ਸਰਕਾਰੀ ਬੱਸਾਂ ਭਰਨ ਲੱਗੀਆਂ ਖਜ਼ਾਨਾ ਪਿਛਲੇ ਬਰੇ ਦੇ ਮੁਕਾਬਲੇ 367.7 ਕਰੋੜ ਦਾ ਵੱਧ ਆਇਆ ਮਾਲੀਆ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਜਾਂਦੀ ਮੁਫਤ ਸਫਰ ਸਹੂਲਤ ਤਹਿਤ ਅਪ੍ਰੈਲ ਤੋਂ ਦਸੰਬਰ 2022 ਤੱਕ ਪੰਜਾਬ ਰੋਡਵੇਜ ਪਣਵਾਸ ਅਤੇ ਪੀਆਰਟੀਸੀ ਦੀਆਂ ਬੱਸਾਂ 'ਤੇ ਕੁੱਲ 558.85 ਕਰੋੜ ਰੁਪਏ ਖਰਚ ਕੀਤੇ ਨੇ। ਆਰਬੀਆਈ ਨੇ ਪੇਮੈਂਟ ਬੈਂਕ ਨੂੰ ਦਿੱਤੀ ਮਨਜ਼ੂਰੀ ਹੁਣ ਭਾਰਤ ਬਿੱਲ ਪੇਮੈਂਟ ਆਪਰੇਟਿੰਗ ਯੂਨਿਟ ਵੱਜੋਂ ਕਰੇਗਾ ਕੰਮ ਆਰਬੀਆਈ ਬੈਂਕ ਨੇ ਸੋਮਵਾਰ ਨੂੰ ਪੇਟੀਐਮ ਪੇਮੈਂਟ ਬੈਂਕ ਨੂੰ ਮਨਜ਼ੂਰੀ ਦਿੱਤੀ ਜਿਸ ਦੇ ਤਹਿਤ ਪੇਟੀਐਮ ਪੇਮੈਂਟ ਬੈਂਕ ਹੋਣ ਭਾਰਤ ਬਿੱਲ ਪੇਮੈਂਟ ਆਪਰੇਟਿੰਗ ਯੂਨਿਟ ਦੇ ਰੂਪ ਚ ਕੰਮ ਕਰੇਗਾ ਜੋ ਬਿਜਲੀ ਫੋਨ ਡੀਟੀਐਚ ਪਾਣੀ ਗੈਸ ਮੀਮਾ ਕਰਜ਼ੇ ਦੀ ਮੌੜ ਅਦਾਇਗੀ ਫਾਸਟ ਰੀਚਾਰਜ ਆਦ ਲਈ ਸਹੂਲਤ ਪ੍ਰਦਾਨ ਕਰੇਗਾ ਜਲੰਧਰ ਹਵੇਲੀ ਉਤੇ ਚੱਲਿਆ ਬਲਡوزر ਨਗਰ ਨਿਗਮ ਦੀ ਟੀਮ ਨੇ ਹਵੇਲੀ ਦੇ ਉਪ ਪ੍ਰਦਾਨ ਵਿੱਚਕਾਰ ਟਕਰਾਰ ਜਲੰਧਰ ਵਿੱਚ 66 ਫੁੱਟ ਰੋਡ ਇਸ ਸਥਿਤ ਹਵੇਲੀ ਦੇ ਉੱਤੇ ਨਗਰ ਨਿਗਮ ਦੀ ਟੀਮ ਨੇ ਪੀਲਾ ਪੰਦਾ ਚਲਾ ਦਿੱਤਾ ਪਰ ਹਵੇਲੀ ਦੇ ਉਪ ਪ੍ਰਦਾਣਾ ਤੇ ਹੋਰ ਲੋਕਾਂ ਵੱਲੋਂ ਅਵਿਰੋਧ ਕੀਤਾ ਜਿਸ ਕਾਰਨ ਨਗਰ ਨਗਮ ਦੀ ਟੀਮ ਨੂੰ ਵਾਪਸ ਮੁੜਨਾ ਪਿਆ ਪਰ ਨਗਰ ਨਿਗਮ ਦੀਆਂ ਟੀਮਾਂ ਅੱਧੀ ਹਵੇਲੀ ਨੂੰ ਢਾਹ ਦਿੱਤਾ ਸੀ ਜਿਸ ਦੇ ਵਿਰੋਧ ਚ ਪੱਥਰਬਾਜ਼ੀ ਕਾਰਨ ਇੱਕ ਮੁਲਾਜ਼ਮ ਜ਼ਖਮੀ ਵੀ ਹੋ ਗਿਆ ਜਲੰਧਰ ਹਵੇਲੀ ਦੇ ਉੱਤੇ ਚੱਲਿਆ ਨਗਰ ਨਿਗਮ ਦਾ ਬੁਲਟਰ ਤੇ ਨਗਰ ਨਿਗਮ ਦੀ ਟੀਮ ਤੇ ਪਥਰਾ ਕੀਤਾ ਗਿਆ ਵਿਰੋਧ ਦੇਖ ਕੇ ਟੀਮ ਵਾਪਸ ਮੁੜ ਗਈ ਪੰਜਾਬ ਦੇ ਇਸ ਜ਼ਿਲ੍ਹੇ ਚ ਉਤਾਰਾ 144 ਲਾਗੂ ਪੰਜਾਬ ਦੇ ਵਿੱਚ ਚਾਈਨਾ ਡੋਰ ਤੇ ਫੱਬੰਦੀ ਦੇ ਬਾਵਜੂਦ ਵੀਕਰੀ ਤੇ ਵਰਤ ਤੋਂ ਬੰਦ ਨਹੀਂ ਹੋ ਰਹੀ ਹੁਣ ਪ੍ਰਸ਼ਾਸਨ ਨੇ ਚਾਈਨਾ ਡੋਰ ਨੂੰ ਲੈ ਕੇ ਸਖਤੀ ਕਰ ਦਿੱਤੀ ਹੈ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਦੇ ਖਿਲਾਫ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਪੁਲਿਸ ਕਮਿਸ਼ਨਰ ਫਪੂਤੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਹੈ ਨਿੱਜੀ ਕਰਜ਼ਿਆਂ ਦੇ ਬਜਾਏ ਗਾਹਕ ਟੌਪ-ਅੱਪ ਹੋਮ ਲੋਨ ਕਿਉਂ ਜ਼ਰੂਰੀ ਇਸ ਦੀ ਖਾਸ ਫੋਟ ਬੈਂਕ ਮੌਜੂਦਾ ਹੋਮ ਲੋਨ ਗਾਹਕ ਨੂੰ ਟੌਪ-ਅੱਪ ਲੋਨ ਦੀ ਪੇਸ਼ਕਸ਼ ਕਰ ਰਹੇ ਨੇ ਜੇਕਰ ਉਹਨਾਂ ਕਿਸ਼ਤਾਂ ਦੀ ਅਦਾਇਗੀ ਚੰਗੀ ਹੈ ਤਾਂ ਟੌਪ-ਅੱਪ ਤੇ ਵਿਆਜ ਜ਼ਿਆਦਾਤਰ ਮੁੱਖ ਹੋਮ ਲੋਨ ਦੇ ਸਮਾਨ ਹੁੰਦਾ ਹਾਲਾਂਕਿ ਛੋਟੇ ਟੈਕਸ ਛੋਟ ਉਪਲਬਧ ਨਹੀਂ ਹੋਵੇਗੀ ਜੇਕਰ ਤੁਹਾਨੂੰ ਪੈਸੇ ਦੀ ਲੋੜ ਹੈ ਤਾਂ ਤੁਸੀਂ ਟੌਪ-ਅੱਪ ਲੋਨ ਲੈ ਜਾ ਸਕਦੇ ਨੇ ਇਹ ਨਿੱਜੀ ਅਤੇ ਸੋਨੇ ਦੇ ਕਰਜ਼ਿਆਂ ਦੇ ਮੁਕਾਬਲੇ ਘੱਟ ਵਿਆਜ ਤੇ ਲੰਬੀ ਮਿਆਦ ਦੇ ਆਉਂਦੇ ਨੇ ਇੰਨੇ ਦਿਨੀ ਹੋਮ ਲੋਨ ਦੀਆਂ ਵਿਆਜ ਦਰਾਂ ਵਧ ਰਹੀਆਂ ਨੇ ਪਹਿਲਾਂ 8.5 ਤੋਂ 9% ਤੱਕ ਪਹੁੰਚ ਗਈ ਹੈ ਕੋਈ ਅਨੁਮਾਨਾਂ ਦੇ ਅਨੁਸਾਰ ਕੋਈ ਇੱਕ ਦੇ ਵਿੱਚ ਵਿਆਜ ਦਰਾਂ ਹੋਰ 30 ਤੋਂ 50% ਬੇਸਿਸ ਪੁਆਇੰਟ ਵੱਧ ਸਕਦੀਆਂ ਨੇ 25 ਦਿਨ ਦੇ 2 ਜੇ ਤੇ 44 ਦੇ ਗਰੀਬ ਸਿਕਸਰ ਦਾ ਲਵਾਂਦਾ ਜਥਾ ਪੂਜਾ ਭਾਰਤ ਪਾਕਿਸਤਾਨ ਤੋਂ ਸਿਕਸਰ ਦਾ ਲਵਾਂਦਾ ਜਥਾ ਟਾਰੀਵਾਗਾ ਸਰਹੱਦ ਰਾਹੀ ਅੰਮ੍ਰਿਤਸਰ ਪੂਜਾ ਇਹ ਜਥਾ ਗੁਰੂ ਧਾਮ ਦੇ ਦਰਸ਼ਨ ਕਰਨ ਤੋਂ ਬਾਅਦ 9 ਫਰਵਰੀ ਨੂੰ ਟਾਰੀਵਾਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਭਾਰਤ ਜਾਵੇਗਾ 44 ਦੇ ਕਰੀਬ ਸਿੱਖ ਚਰਦਾ ਲਵਾਂ ਦਾ ਇਹ ਜਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਭਾਰਤ ਵਿੱਚ ਦਰਸ਼ਨ ਕਰਨ ਲਈ ਆਇਆ ਹੈ ਪੰਜਾਬ ਦਿੱਲੀ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰੇਗਾ ਗਵਾਈ ਪਾਕਿਸਤਾਨ ਦੇ ਸ਼ੇਖੂਪੁਰਾ ਨਨਕਾਣਾ ਸਾਹਿਬ ਤੋਂ ਹਰਪਜਨ ਸਿੰਘ ਕਰ ਰਹੇ ਹਨ ਗਾਇਕ ਦਲੇਰ ਮਹਿੰਦੀ ਨੂੰ ਹਾਈ ਕੋਰਟ ਵੱਲੋਂ ਝਟਕਾ ਸੋ ਵੱਡੀ ਖਬਰ ਹੈ ਜੀ ਪਾਸਪੋਰਟ ਰੀਨਿਊ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਮੈਂਦੀ ਨੇ ਪਟੀਸ਼ਨ ਚ ਕਿਹਾ ਸੀ ਕਿ ਉਸ ਦਾ ਪਾਸਪੋਰਟ ਦਿੱਲੀ ਪਾਸਪੋਰਟ ਦਫਤਰ ਦੇ ਵਿੱਚ ਅਜੇ ਤੇ ਰੀਨਿਊ ਦੀ ਪ੍ਰਕਿਰਿਆ ਪੈਂਡਿੰਗ ਹੈ ਪੰਜਾਬ ਸਰਕਾਰ ਨੇ ਆਰਟੀ ਦੀਆਂ ਖਾਲੀ ਪੋਸਟਾਂ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ ਦੂਦੇ ਪਾਸੇ ਪੰਜਾਬ ਸਰਕਾਰ ਦੇ ਰਾਜ ਵਿੱਚ ਅਫਸਰ ਸਾਈ ਇੰਨੀ ਪਾਰੂ ਹੋਊਗੀ ਕਿ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਅਧਿਕਾਰੀ ਆਪਣੀ ਮਰਜ਼ੀ ਦੀਆਂ ਸੀਟਾਂ ਤੋਂ ਇਲਾਵਾ ਕਿਸੇ ਹੋਰ ਅਹੁਦੇ ਦੇ ਭਰਤੀ ਹੋਣ ਦੀ ਤਿਆਰੀ ਨਹੀਂ ਕੀਤੀ 5 ਜਨਵਰੀ ਨੂੰ ਸਰਕਾਰ ਨੇ ਆਰਟੀ ਦੇ ਅਹੁਦੇ ਤੇ 2014 ਬੈਚ ਦੇ ਪੀਸੀਐਸ ਅਧਿਕਾਰੀ ਉਦੇਦੀਪ ਸਿੰਘ ਸਿੱਧੂ ਨੂੰ ਨਾਦ ਕੀਤਾ ਪਰ 11 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਪਣਾ ਚਾਰਜ ਨਹੀਂ ਸੰਭਾਲਿਆ ਤਰਨੇ ਤੇ ਬੈਠੇ ਸਰਪੰਚਾਂ ਨੂੰ ਸੀਐਮ ਖੱਟਰ ਦਾ ਖਾਰਾ ਜਵਾਬ ਪੰਚਾਇਤਾਂ ਪੰਚਾਇਤੀ ਕਮਾਚੂ ਈਟ ਟ੍ਰੈਂਡਿੰਗ ਵਿਵਸਥਾ ਦੇ ਖਿਲਾਫ ਸਰਪੰਚਾਂ ਦੇ ਸ਼ੁਰੂ ਹੋਏ ਤਾਲਾਬੰਦੀ ਅਭਿਆਨ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਚਾਇਤਾਂ ਨੂੰ ਈਟ ਐਂਟਰ ਨਾਤੇ ਕੋਈ ਸਿਆਸੀ ਆਗੂ ਰਾਜਨੀਤੀ ਕਰ ਰਹੇ ਨੇ ਜੋ ਸਹੀ ਨਹੀਂ ਹੈ ਭਾਰਤੀ ਟੀਮ ਦੇ ਸਾਬਕਾ ਚੋਣਕਾਰ ਨੂੰ ਪੰਜਾਬ ਕਿੰਗਜ਼ ਦੀ ਸੌਂਪੀ ਅਹਿਮ ਜ਼ਿੰਮੇਵਾਰੀ ਇਨਾਂ ਗੇਂਦਬਾਜ਼ਾਂ ਦੇ ਵਿੱਚ ਹੋਵੇਗਾ ਸਦਾਰ ਤੇ ਵਿਧਾਇਕ ਸਾਬਕਾ ਸਿਮਰਜੀਤ ਸਿੰਘ ਬੈਂਸ ਨੂੰ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਆਮ ਆਦਮੀ ਨੂੰ ਸਟਾਉਨ ਲੱਗੀ ਜਲੰਧਰ ਦੇ ਜੇਮਿਨੀ ਚੋਣ ਲਤੀਪੁਰ ਉਜਾੜਾ ਬਣ ਸਕਦੇ ਵੱਡੀ ਸਰਦਰਦੀ ਸੀਐਮਐਮ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਖੁਦ ਕਮਾਨ ਕੈਨੇਡਾ ਤੋਂ ਆਏ ਲਾੜੇ ਨੇ ਪੇਸ਼ ਕੀਤੀ ਮਸਾਲੇ ਇੰਜ ਵਿਆਣ ਗਿਆ ਲਾੜੀ ਲੋਕ ਦੇਖਦੇ ਹੀ ਖੜੇ ਰਹਿ ਗਏ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਤੀਜੇ ਵਾਂਡੇ 'ਚ ਭਾਰਤ ਤੋਂ ਮਿਲੀ 317 ਦੌਰਾਂ ਦੀ ਹਾਰ ਤੇ ਮੰਗੀ ਰਿਪੋਰਟ ਤੇ ਹੋਮ ਗਾਰਡਜ਼ ਮੁਲਾਜ਼ਮਾਨ ਨੇ ਖੋਲੀਆਂ ਟੋਲ ਪਲਾਜ਼ਾ ਤੇ ਲਾਇਆ ਤਰਨੰਦ ਸੀਐਮ ਨਾਲ ਮੀਟਿੰਗ ਲਈ ਵੀ ਨਹੀਂ ਮੰਨੇ ਸੋ ਦੋਸਤੋ ਇਹ ਸੰਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਸਭ ਦਾ ਬਹੁਤ